ਇੱਦਾਂ ਹੁੰਦੀਆਂ ਮਿਹਨਤਾਂ, ਦਿਨੇ ਸ਼ੂਟਿੰਗਾਂ ਤੇ ਰਾਤ ਨੂੰ ਐਡੀਟਿੰਗਾਂ। ਮੈਨਾਂ ਫੁਟੇਜ ਨਹੀਂ ਦਿਖਾਣੀ। ਹੈਂ ਮਾੜੀ ਦਿਖਾ ਦਈਏ? ਨਾ ਨਾ ਨਾ, ਮੂਸ ਟੇਪ ਨੇ ਬੰਤਿਆਂ ਦੀ ਨੀਂਦ ਅੜਾਈ ਪਈ ਆ। ਯੈਸ, ਬੰਬੀ ਆਉਣੇ। ਪ੍ਰੋਪਰ ਐਲਬਮ ਕੱਢਾਂਗੇ ਤੇ ਤੱਕ ਤੱਕ ਪਾ ਦੇਣੀ ਆ, ਤੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ, ਠੀਕ ਹੈ ਨਾ? ਤੇ ਕੋਈ ਜਿੰਨਾ ਚਿਰ ਤੁਸੀਂ ਮੇਰੇ ਨਾਲ ਲਓ, ਪਰ ਆਪਾਂ ਸਾਰੇ ਗਾਣੇ ਨਵੇਂ ਤਰੀਕੇ ਨਾਲ, ਨਵੀਂ ਲੈ, ਨਵੇਂ ਸੁਰਤਾਲ ਚ ਕਰਾਂਗੇ। ਚੋਪਰ ਦੀ ਕਲਮ ਚੋਂ ਨਿਕਲੇ ਪੂਰੀ ਤਬਾਹੀ, ਭਰਦਾ ਪੂਰਾ ਜੱਗ ਗਵਾਹੀ। ਲਾਈਕਾਂ ਤੋਂ ਬਾਅਦ ਕਮੈਂਟ ਟੱਪ ਗਏ ਹਲਾਤੀ ਜੀ ਨੇ ਯੂਟਿਊਬ ਸਾਰੀ। ਤੁਹਾਡੀਆਂ ਟੀਮਾਂ ਤੇ ਪੈਂਦਾ ਹੁਣ ਜੱਟ ਕੱਲਾ ਭਾਰੀ। ਕੰਮ ਦਿੰਦਾ ਜਵਾਬ ਵੀਰੇ, ਆਨਲਾਈਨ ਹੋ ਕੇ ਫੜ ਕਦੇ ਨੀ ਮਾਰੀ। ਇੰਡਸਟਰੀ ਵਿੱਚ ਹੁਣ ਮੁੱਲ ਪੈਂਦਾ ਪੂਰਾ ਜੱਟ ਦੇ ਸੈਨਾ ਦਾ, ਕਢਵਾਣਾ ਜਿਹਨੇ ਵੀਰੇ ਕਢਵਾ ਸਕਦਾ ਜੱਟ ਡਾਕਟਰ ਬਹਿਮਾ ਦਾ। ਦੋਸਤੋ, ਕੀ ਸਿੱਧੂ ਮੂਸੇਵਾਲੇ ਦੀ ਨਵੀਂ ਐਲਬਮ ਮੂਸ ਟੇਪ ਹੁਣ ਉਹਨਾਂ ਦੇ ਮਾਤਾ ਜੀ ਦੇ ਜਨਮ ਦਿਨ 15 ਮਈ ਨੂੰ ਰਿਲੀਜ਼ ਹੋਵੇਗੀ? ਅਤੇ ਮਸ਼ਹੂਰ ਫੀਮੇਲ ਸਿੰਗਰ ਰੁਪਿੰਦਰ ਹਾਂਡਾ ਨੇ ਵੀ ਮੂਸ ਟੇਪ ਬਾਰੇ ਵੱਡੀ ਗੱਲ ਕਹੀ। ਪੂਰੀ ਖਬਰ ਜਾਣਨ ਤੋਂ ਪਹਿਲਾਂ, ਜੇਕਰ ਤੁਸੀਂ ਵੀ ਸਿੱਧੂ ਦੀ ਐਲਬਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ, ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਹਰ ਰੋਜ਼ ਹੀ ਸਿੱਧੂ ਦੀ ਮੂਸ ਟੇਪ ਐਲਬਮ ਬਾਰੇ ਕੋਈ ਨਾ ਕੋਈ ਨਵੀਂ ਅਪਡੇਟ ਹੁਣ ਸਾਹਮਣੇ ਆ ਰਹੀ ਹੈ, ਤੇ ਸਭ ਤੋਂ ਵੱਡਾ ਸਸਪੈਂਸ ਇੱਥੇ ਬਣਿਆ ਹੈ ਕਿ ਅਖੀਰ ਕਿਸ ਤਰੀਕ ਨੂੰ ਐਲਬਮ ਪੂਰੀ ਤਰ੍ਹਾਂ ਰਿਲੀਜ਼ ਹੋਵੇਗੀ। ਜੇਕਰ ਤੁਸੀਂ ਵੀ ਸਿੱਧੂ ਦੇ ਫੈਨ ਹੋ ਅਤੇ ਇਸ ਐਲਬਮ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਅਪ੍ਰੈਲ ਮਹੀਨੇ ਵਿੱਚ ਐਲਬਮ ਬਿਲਕੁਲ ਵੀ ਨਹੀਂ ਰਿਲੀਜ਼ ਹੋਵੇਗੀ। ਹਾਲਾਂਕਿ ਪਹਿਲਾਂ ਖਬਰਾਂ ਮਿਲ ਰਹੀਆਂ ਸਨ ਕਿ ਸ਼ਾਇਦ 30 ਅਪ੍ਰੈਲ ਨੂੰ ਐਲਬਮ ਦਾ ਪਹਿਲਾ ਗਾਣਾ ਰਿਲੀਜ਼ ਕਰ ਦਿੱਤਾ ਜਾਵੇਗਾ, ਜਿਸ ਦੀ ਜਾਣਕਾਰੀ 3D ਸਨੀਕਰਸ ਵਾਲਿਆਂ ਵੱਲੋਂ ਦਿੱਤੀ ਗਈ, ਜਿਨ੍ਹਾਂ ਵੱਲੋਂ UK ਵਿੱਚ ਸਿੱਧੂ ਨੂੰ ਗਿਫਟ ਦੇ ਤੌਰ ਤੇ ਸਨੀਕਰਸ ਦਿੱਤੇ ਗਏ ਤੇ ਉਹਨਾਂ ਨੇ ਹੀ ਆਪਣੇ ਸੋਸ਼ਲ ਮੀਡੀਆ ਤੋਂ ਫੈਨਸ ਨੂੰ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਐਲਬਮ ਦਾ ਇੱਕ ਗਾਣਾ 30 ਅਪ੍ਰੈਲ ਨੂੰ ਆ ਜਾਵੇਗਾ। ਇਸ ਖਬਰ ਬਾਰੇ ਸਿੱਧੂ ਵੱਲੋਂ ਕੋਈ ਨਾ ਕਰ ਦਿੱਤੀ ਗਈ ਅਤੇ ਹੁਣ ਜਿਹੜੀ ਨਵੀਂ ਅਪਡੇਟ ਇੱਥੇ ਮਿਲਦੀ ਦਿਖਾਈ ਦੇ ਰਹੀ ਹੈ ਕਿ 15 ਮਈ ਨੂੰ ਸ਼ਾਇਦ ਇਹ ਐਲਬਮ ਰਿਲੀਜ਼ ਕੀਤੀ ਜਾਵੇ। ਇਹ ਦਿਨ ਸਿੱਧੂ ਲਈ ਬਹੁਤ ਖਾਸ ਦਿਨ ਹੁੰਦਾ ਹੈ ਕਿਉਂਕਿ ਇਸ ਦਿਨ ਸਿੱਧੂ ਦੇ ਮਾਤਾ ਜੀ ਦਾ ਜਨਮ ਦਿਨ ਹੁੰਦਾ ਹੈ, ਜੋ ਕਿ ਉਹਨਾਂ ਨੇ ਫੈਨਸ ਨਾਲ ਪਿਛਲੇ ਸਾਲ ਵੀ ਧੂਮਧਾਮ ਨਾਲ ਮਨਾਇਆ ਸੀ, ਤੇ ਇਸੇ ਕਰਕੇ ਕਿਹਾ ਜਾ ਰਿਹਾ ਕਿ ਹੁਣ ਤੋਂ ਤਕਰੀਬਨ 20 ਦਿਨ ਬਾਅਦ ਸਿੱਧੂ ਇਸ ਐਲਬਮ ਨੂੰ ਰਿਲੀਜ਼ ਜ਼ਰੂਰ ਕਰ ਸਕਦੇ ਹਨ, ਕਿਉਂਕਿ ਇਸ ਸਮੇਂ ਜਿੱਥੇ ਗਾਣੇ ਦੀ ਸ਼ੂਟਿੰਗ UK ਵਿੱਚ ਚੱਲਦੀ ਦਿਖਾਈ ਦੇ ਰਹੀ ਹੈ, ਉੱਥੇ ਹੀ ਨਾਲ ਦੀ ਨਾਲ ਐਡੀਟਿੰਗ ਦਾ ਕੰਮ ਵੀ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ ਤੇ ਐਲਬਮ ਜਦੋਂ ਵੀ ਰਿਲੀਜ਼ ਹੋਵੇਗੀ ਸਾਰੇ ਰਿਕਾਰਡ ਇੱਕੋ ਵਾਰ ਵਿੱਚ ਤੋੜਨ ਦਾ ਪੂਰਾ ਦਮ ਰੱਖਦੀ ਹੋਵੇਗੀ। ਆ ਸਾਲ ਜਿਹੜੇ ਗਿਫਟ ਦੇਣੇ ਨਾ, ਲੋਕ ਸੋਚੀ ਜਾਣਗੇ ਵੀ ਆਹ ਕੀ ਚੱਲੀ ਜਾਂਦਾ। ਇੰਨੀ ਕੁ ਗਰੰਟੀ ਹੈ ਬਾਈ, ਮੈਂ ਬਾਲਾ ਮਾਣ ਕਰਕੇ ਤਾਂ ਕਹਿਣਾ ਨੀ, ਤੁਹਾਨੂੰ ਲੋਕ ਪੁੱਛਿਆ ਕਰਨਗੇ ਗੋਰੇ ਕਾਲੇ ਵੀ ਸਿੱਧੂ ਨੂੰ ਜਾਣਦੇ ਹੋ, ਗਰੰਟੀ ਇੱਥੇ ਗਵਾਹ ਹੋ ਤੁਸੀਂ ਵੀ, ਗਵਾਹ ਹਾਂ ਮੈਂ ਵੀ। ਦੋਸਤੋ, ਜਿਵੇਂ ਕਿ ਤੁਸੀਂ ਸਾਰਿਆਂ ਨੇ ਵੀ ਦੇਖਿਆ ਹੋਵੇਗਾ ਕਿ ਜਦੋਂ ਦਾ ਸਿੱਧੂ ਮੂਸੇਵਾਲੇ ਨੇ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ ਹੈ ਤਾਂ ਬਹੁਤ ਸਾਰੇ ਦੂਸਰੇ ਪੰਜਾਬੀ ਕਲਾਕਾਰ ਸਿੱਧੂ ਨਾਲ ਲੱਗਣ ਵੀ ਲੱਗ ਗਏ ਹਨ, ਅਤੇ ਬਹੁਤ ਘੱਟ ਇਹੋ ਜਿਹੇ ਕਲਾਕਾਰ ਜੋ ਕਿ ਸਿੱਧੂ ਨਾਲ ਖੜੇ ਹੁੰਦੇ ਦਿਖਾਈ ਦਿੱਤੇ, ਅਤੇ ਇਹਨਾਂ ਵਿੱਚੋਂ ਹੀ ਇੱਕ ਕਹੇ ਜਾ ਸਕਦੇ ਹਨ ਮਸ਼ਹੂਰ ਫੀਮੇਲ ਗਾਇਕਾ ਰੁਪਿੰਦਰ ਹਾਂਡਾ। ਜੀ ਹਾਂ ਦੋਸਤੋ, ਪਿਛਲੇ ਸਾਲ ਵੀ ਜਦੋਂ ਸਿੱਧੂ ਵੱਲੋਂ ਉਹਨਾਂ ਦੇ ਵਿਰੋਧੀ ਕਲਾਕਾਰਾਂ ਨੂੰ ਸੋਸ਼ਲ ਮੀਡੀਆ ਤੇ ਬਕਾਇਦਾ ਲਾਈਵ ਹੋ ਕੇ ਜਵਾਬ ਦਿੱਤੇ ਗਏ ਸਨ, ਉਦੋਂ ਵੀ ਰੁਪਿੰਦਰ ਨੇ ਸਿੱਧੂ ਦੀ ਸਪੋਰਟ ਕੀਤੀ ਸੀ, ਅਤੇ ਹੁਣ ਦੁਬਾਰਾ ਤੋਂ ਰੁਪਿੰਦਰ ਹਾਂਡਾ ਵੱਲੋਂ ਸਿੱਧੂ ਮੂਸੇਵਾਲੇ ਦੀ ਨਵੀਂ ਆਉਣ ਵਾਲੀ ਐਲਬਮ ਮੂਸ ਟੇਪ ਦੀ ਸਪੋਰਟ ਵੀ ਇੱਕ ਤਰ੍ਹਾਂ ਠੋਕੇ ਕੀਤੀ ਜਾ ਰਹੀ ਹੈ। ਪਹਿਲਾਂ ਤੁਸੀਂ ਕਦੇ ਵੀ ਇਸ ਤਰ੍ਹਾਂ ਨਹੀਂ ਦੇਖਿਆ ਹੋਵੇਗਾ ਕਿ ਕੋਈ ਵੀ ਕਲਾਕਾਰ ਦੂਸਰੇ ਕਲਾਕਾਰ ਦੀ ਨਵੀਂ ਐਲਬਮ ਦੀ ਸਪੋਰਟ ਅਤੇ ਮਸ਼ਹੂਰੀ ਖੁਦ ਬਿਨਾਂ ਕਹੇ ਕਰਦਾ ਹੋਵੇ, ਕਿਉਂਕਿ ਅਕਸਰ ਗਾਇਕਾਂ ਵਿਚਾਲੇ ਇੰਡਸਟਰੀ 'ਚ ਕੰਪੀਟੀਸ਼ਨ ਵੀ ਦੇਖਣ ਨੂੰ ਮਿਲਦਾ ਹੈ। ਇੱਥੇ ਰੁਪਿੰਦਰ ਹਾਂਡਾ ਹੁਣਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਿੱਧੂ ਨਾਲ ਫੋਟੋ ਸ਼ੇਅਰ ਕਰਦਿਆਂ ਲਿਖਿਆ, ਗੁੱਡ ਲੱਕ ਫੋਰ ਦਾ ਐਲਬਮ। ਆਪਣੇ ਕੋਲੇ ਕੋਈ ਟੈਲੈਂਟ ਨਹੀਂ ਹੈਗਾ, ਨਾ ਸੁਰਾਂ ਨਾ ਕੁਝ ਹੋਰ, ਆਪਣੇ ਕੋਲੇ ਸਿਰਫ ਐਟੀਟਿਊਡ ਆ, ਪੋਜ਼ਿਟਿਵ ਐਟੀਟਿਊਡ, ਨੈਗੇਟਿਵ ਨਹੀਂ। ਇਹ ਇੱਕੋ ਹੀ ਚੀਜ਼ ਹੈ, ਜੇ ਨੈਗੇਟਿਵ ਹੋਊਗੀ ਤਾਂ ਡੁੱਬ ਜਾਂਦਾ, ਪੋਜ਼ਿਟਿਵ ਹੋਊਗੀ ਤਾਂ ਚੜ ਜਾਂਦਾ। ਪੋਜ਼ਿਟਿਵ ਹੈਗਾ ਆਪਣੇ ਕੰਮ ਮੰਨੀ, ਲੋਕ ਬਥੇਰਾ ਕੁਝ ਬੋਲਣਗੇ ਵੀ ਤੂੰ ਐਂ ਕਰਦਾ, ਉਹ ਕਰਦਾ, ਇਹ ਕਰਦਾ। ਹਾਲਾਂਕਿ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਹੀ ਕਾਫੀ ਅੰਦਾਜ਼ੇ ਵੀ ਲਗਾਏ ਜਾਣ ਲੱਗੇ ਕਿ ਕੀ ਸਿੱਧੂ ਹੁਣ ਰੁਪਿੰਦਰ ਹਾਂਡਾ ਨਾਲ ਵੀ ਕੋਲੈਬੋਰੇਸ਼ਨ ਕਰਨਗੇ, ਤਾਂ ਤੁਹਾਨੂੰ ਦੱਸ ਦਈਏ ਕਿ ਅਜੇ ਇਹੋ ਜਿਹੀ ਕੋਈ ਵੀ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ। ਪਰ ਤੁਹਾਡੀ ਨਿੱਜੀ ਰਾਏ ਇਸ ਬਾਰੇ ਕੀ ਹੈ ਕਿ ਸਿੱਧੂ ਨੂੰ ਰੁਪਿੰਦਰ ਨਾਲ ਕੋਈ ਗਾਣਾ ਜ਼ਰੂਰ ਕਰਨਾ ਚਾਹੀਦਾ ਜਾਂ ਨਹੀਂ, ਇਸ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਇਸ ਦੇ ਨਾਲ ਹੀ ਇੰਸਟਾਗ੍ਰਾਮ ਉੱਪਰ ਵੀ ਵਾਇਰਲ ਪੰਜਾਬੀ ਗਿਆਨ ਨੂੰ ਫੋਲੋ ਜ਼ਰੂਰ ਕਰ ਲੈਣਾ, ਅਤੇ ਜੇਕਰ ਤੁਹਾਡੇ ਕੋਲ ਵੀ ਸਾਡੀ ਵੀਡੀਓ ਲਈ ਕੋਈ ਨਿਊਜ਼ ਹੈ ਤਾਂ ਸਾਨੂੰ ਤੁਸੀਂ ਉੱਥੇ ਦੱਸ ਸਕਦੇ ਹੋ। ਧੰਨਵਾਦ, ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ।